BMW, Mercedes, Desire, Hyundai, ਜਿਹੜੀ ਵੀ ਗੱਡੀ ਹੱਥ ਚ ਆਉਂਦੀ ਸੀ ਮਿੰਟਾਂ ਚ ਖੋਲ ਦਿੰਦੇ ਸੀ। ਇਹ ਗੈਂਗ ਫੜਿਆ ਜੀ, ਜਲੰਧਰ ਪੁਲਿਸ ਨੇ ਕਰ ਦਿੱਤਾ ਇਹ ਵੱਡਾ ਖੁਲਾਸਾ। ਬਰਾਮਦ ਕਰ ਲਈਆਂ ਨੇ BMW, Mercedes ਤੇ ਹੋਰ ਵੀ ਸ਼ਾਨਦਾਰ ਗੱਡੀਆਂ। ਇਹ ਕਰਦੇ ਕੀ ਸੀ? ਇਹ ਕਰਦੇ ਸੀ ਗੱਡੀ ਚੋਰੀ, ਤੇ ਗੱਡੀ ਚੋਰੀ ਕਰਨ ਤੋਂ ਬਾਅਦ ਉਹਨੂੰ ਪਲਾਂ 'ਚ ਹੀ ਖੋਲ੍ਹ ਕੇ ਰੱਖ ਦਿੰਦੇ ਸੀ। ਸੋ ਇਸ ਵਾਰ ਮਰਸਡੀਜ਼ ਤੇ BMW ਦਾ ਨੰਬਰ ਲੱਗ ਗਿਆ ਸੀ। ਬਸ ਖੋਲ੍ਹਣ ਦੀ ਤਿਆਰੀ ਸੀ ਕਿ ਪੁਲਿਸ ਪਹੁੰਚ ਗਈ, ਜਨਾਬ ਹੋ ਗਏ ਗ੍ਰਿਫਤਾਰ। ਜਲੰਧਰ ਪੁਲਿਸ ਨੇ ਕੀਤਾ ਖੁਲਾਸਾ। ਜਲੰਧਰ ਪੁਲਿਸ ਦੀ ਹਿਰਾਸਤ 'ਚ ਦਿਖ ਰਹੇ ਇਸ ਸ਼ਖਸ ਦੇ ਕਾਰਨਾਮੇ ਵੱਖਰੇ ਨੇ। ਇਹ ਸੁਪਰ ਲਗਜ਼ਰੀ ਗੱਡੀਆਂ ਚੋਰੀ ਕਰਨ ਦਾ ਮਾਹਰ ਹੈ, ਯਾਨੀ ਕਿ BMW, ਮਰਸਡੀਜ਼ ਵਰਗੀਆਂ ਗੱਡੀਆਂ ਚੋਰੀ ਕਰਨੀਆਂ, ਪਰ ਉਸ ਨੂੰ ਖੋਲ੍ਹ ਖੋਲ੍ਹ ਕੇ ਤੀਲਾ ਤੀਲਾ ਕਰ ਦੇਣਾ ਅਤੇ ਫਿਰ ਵੇਚਣਾ। ਸੋ ਇਹ ਸੀ ਇਸਦੀ ਮੋਡਸ ਪਰੈਂਡੀ। ਪਰ ਜਲੰਧਰ ਪੁਲਿਸ ਦੇ IPS ਦਿੱਤੇ ਨੇ ਕਰ ਦਿੱਤਾ ਪਰਦਾ ਫਾਸ਼। IPS ਦੇ ਹਸਤਕਸ਼ੇਪ ਤੋਂ ਬਾਅਦ ਜਦੋਂ ਸੂਚਨਾ ਮਿਲੀ ਅਤੇ ਪੜਤਾਲ ਸ਼ੁਰੂ ਹੋਈ, ਪੁਲਿਸ ਨੇ ਜਾਲ ਵਿਛਾਇਆ ਅਤੇ ਆਖਿਰਕਾਰ ਇਸ IPS ਨੇ ਕਰ ਦਿੱਤੀ ਹੈ ਇਸ ਸ਼ਖਸ ਦੀ ਗ੍ਰਿਫਤਾਰੀ। ਕੀ ਹੈ ਪੂਰਾ ਮਾਮਲਾ, ਉਹ ਤੁਹਾਨੂੰ ਸੁਣਾਉਂਦੇ ਹਾਂ। IPS ਦੀ ਜ਼ਬਾਨੀ ਸੁਣ ਲਓ ਕੀ ਕਹਿ ਰਹੇ ਨੇ IPS ਆਦਿਤਿਆ। ਡਾਇਰੈਕਟ ਮੇਲ ਪੰਜਾਬੀ ਟੀਵੀ ਦੇ ਲਈ ਵਰਿੰਦਰ ਸਿੰਘ ਦੀ ਰਿਪੋਰਟ। ਜਿਹੜੀ ਮਾਨਯੋਗ CP ਸਾਹਿਬ ਸ਼੍ਰੀ ਕੁਲਦੀਪ ਚਹਿਲ IPS ਜੀ ਦੇ ਨਿਰਦੇਸ਼ਨ ਹੇਠ ਅਸੀਂ ਜਲੰਧਰ ਪੁਲਿਸ ਵੱਲੋਂ ਹੈ ਨਾ ਇੱਕ ਅੰਤਵਾਜੀ ਜਿਹੜਾ ਹੈ ਕਾਰ ਜੈਕਿੰਗ, ਜਿਹੜਾ ਕਾਰ ਥੈਫਟ ਐਂਡ ਸਨੈਚਿੰਗ ਦੇ ਜਿਹੜਾ ਗਿਰੋਹ ਹੈ ਉਹਦਾ ਪਰਦਾਫਾਸ਼ ਕੀਤਾ ਗਿਆ ਸੀ। ਇਹਦੇ 'ਚ ਬੇਸਿਕਲੀ ਹੈਗਾ ਕਿ ਜਲੰਧਰ ਸ਼ਹਿਰ ਉਹ ਕਾਫੀ ਗੱਡੀਆਂ ਜਿਹੜੀ ਚੋਰੀ ਹੋਈ ਸੀਗੀ। ਇਹਦੇ 'ਚ SHO 6 ਨੰਬਰ ਅਤੇ ACP ਮਲਟਾਊਨ ਸਾਹਿਬ ਨੇ ਬੜਾ ਵਧੀਆ ਕੰਮ ਕੀਤਾ। ਇਹਨਾਂ ਦੀ ਟੀਮ ਨੇ ਜਿਹੜੇ ਵੱਖ ਵੱਖ ਥਾਵਾਂ 'ਤੇ ਇਹਨੂੰ ਪ੍ਰੋਪਰਲੀ ਚੈੱਕ ਕਰਕੇ, ਜਿਹੜਾ ਇਹਦੇ 'ਚ ਇੱਕ ਬੰਦਾ ਹੈ ਮਨਪ੍ਰੀਤ ਸਿੰਘ ਅਲਿਆਸ ਮਨੀ, ਉਹਨੂੰ ਅਰੈਸਟ ਕੀਤਾ ਸੀ। ਉਹਨੂੰ ਜਦੋਂ ਉਹਨੂੰ ਅਰੈਸਟ ਕਰਿਆ, ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਚੈੱਕ ਕੀਤਾ ਤਾਂ ਅਸੀਂ ਪਾਇਆ ਕਿ ਇਹਨਾਂ ਨੇ ਜਲੰਧਰ ਦੇ ਇਲਾਵਾ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ ਤੋਂ, ਪੰਜਾਬ ਤੋਂ ਬਾਅਦ ਹਰਿਆਣੇ ਤੋਂ, ਦਿੱਲੀ ਤੋਂ ਅਤੇ ਚੰਡੀਗੜ੍ਹ ਤੋਂ, ਉੱਥੋਂ ਵੀ ਜਿਨ੍ਹਾਂ ਨੇ ਇਹਨਾਂ ਨੇ ਜਿਹੜੀ ਗੱਡੀਆਂ ਹੈਗੀ ਉਹ ਉਠਾਈ ਹੈਗੀ। ਅਸੀਂ ਜਿਹੜੀ ਉਹਨਾਂ ਦੀ ਜਿਹੜੀ ਨਿਸ਼ਾਨਦੇਹੀ ਅਤੇ ਅਸੀਂ ਤਾਂ ਜਿਹੜੀ 6 ਗੱਡੀਆਂ ਜਿਹਦੇ 'ਚ ਜਿਹੜੀ ਲਗਜ਼ਰੀ ਗੱਡੀਆਂ 'ਚ ਹੈਗੀ, ਜਿਹੜੀ ਇੱਕ ਗੱਡੀ BMW ਹੈ, ਇੱਕ ਮਰਸਡੀਜ਼ ਹੈ ਅਤੇ ਬਾਕੀ ਜਿਹੜੀ ਸਵਿਫਟ ਹੈ, ਇਸ ਟਾਈਪ ਦੀ ਜਿਹੜੀ 6 ਗੱਡੀਆਂ ਅਸੀਂ ਰਿਕਵਰ ਕੀਤੀ ਹੈਗੀ। ਐਜ ਆਫ ਨਾਓ ਅਸੀਂ ਸਾਡਾ ਜਿਹੜਾ ਓਪਰੇਸ਼ਨ ਹੈ ਉਹ ਅਲੱਗ ਅਲੱਗ ਜਿਹੜੇ ਹੈਗੇ ਮੋਡ 'ਤੇ ਚੱਲ ਰਿਹਾ ਹੈਗਾ। ਅਸੀਂ ਬਾਕੀ ਵੀ ਬਾਕੀ ਜਿਹੜੇ ਹੈਗੇ ਜਿਹੜੇ ਅਲੱਗ ਅਲੱਗ ਲੋਕ ਹੈ ਉਹਨੂੰ ਵੈਰੀਫਾਈ ਕਰਨ ਨੂੰ ਲੱਗੇ ਹੈਗੇ। ਅਸੀਂ ਇਹਦੇ 'ਚ ਇਨਵੈਸਟੀਗੇਸ਼ਨ ਦੇ ਅੱਗੇ ਅਸੀਂ ਹੋਰ ਵੀ ਇਸ ਚੀਜ਼ ਦੀ ਜਿਹੜਾ ਕਰਾਂਗੇ। ਤੋ ਇਸ ਕਰਕੇ ਜਿਹੜਾ ਹੈਗਾ ਜਿਹੜਾ ਜਿੰਨੇ ਜਿਹੜੇ ਵੀ ਇੰਸੀਡੈਂਟ ਜਲੰਧਰ 'ਚ ਹੋਏ ਸੀਗੇ, ਸਪੈਸ਼ਲੀ 4 ਵੀਲਰਸ ਦੇ ਜਿਹੜੀ ਸਨੈਚਿੰਗ ਐਂਡ ਥੈਫਟ ਦੇ, ਉਹ ਸਾਰੇ ਟ੍ਰੇਸ ਹੋ ਗਏ। ਇਹਦੇ ਨਾਲ ਹੋਰ ਵੀ ਬੰਦੇ ਇਨਵੋਲਵ ਸੀ। ਇਹ ਪ੍ਰੋਪਰ ਗੈਂਗ ਹੈਗਾ। ਆਹ ਬੇਸਿਕਲੀ ਕੀ ਕਰਦੇ ਸੀ ਕਿ ਜਿੱਥੇ ਚੋਰੀ ਦੀ ਗੱਡੀ ਲੈ ਕੇ ਆਉਂਦੇ ਸੀ ਉਹਨੂੰ ਰਾਤ ਨੂੰ ਚੋਰੀ ਕਰਦੇ ਸੀ। ਇਹਨਾਂ ਦਾ ਇੱਕ ਪ੍ਰੋਪਰ ਮੋਡਸ ਓਪਰੈਂਡੀ ਸੀ। ਉਹ ਦੂਜੇ ਜ਼ਿਲ੍ਹੇ 'ਚ ਜਾ ਕੇ ਇਹਨੂੰ ਡਿਸਮੈਂਟਲ ਕਰ ਦਿੰਦੇ ਸੀ ਤਾਂ ਕਿ ਕਿਸੇ ਵੀ ਤਰੀਕੇ ਦਾ ਕੋਈ ਪਰੂਫ ਨਾ ਮਿਲੇ। ਤਾਂ ਸਾਨੂੰ ਇਹਦੇ ਵਿੱਚ ਕਈ ਜਿਹੜੀ ਹੈਗੀ ਜਲੰਧਰ ਉਹ ਗੱਡੀਆਂ ਚੋਰੀ ਹੋਈਆਂ ਉਹਨਾਂ ਦੀ RCM ਵੀ ਮਿਲੀ ਹੈਗੀ। ਹੁਣ ਤੱਕ ਕਿੰਨੀਆਂ ਵਾਰਦਾਤਾਂ ਮਿਲੀਆਂ? ਹੁਣ ਤੱਕ ਅਸੀਂ ਇਸ ਚੀਜ਼ ਨੂੰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹੈਗੇ। ਤੋ ਹੁਣ ਤੱਕ ਅਸੀਂ 6 ਗੱਡੀ ਜਿਹੜੀ ਹੈ ਰਿਕਵਰ ਕੀਤੀ। ਮਹਿੰਗੀ ਗੱਡੀ ਉਹਨੂੰ ਹੱਥ ਪਾ ਨਹੀਂ, ਜਿਹੜਾ ਇਹਦੇ 'ਚ 2 ਲਗਜ਼ਰੀ ਗੱਡੀ ਸਾਨੂੰ ਮਿਲੀ ਹੈਗੀ, ਇੱਕ ਮਰਸਡੀਜ਼, ਇੱਕ BMW। ਇਸ ਤੋਂ ਇਲਾਵਾ ਵੀ ਬਾਕੀ ਸਾਰੀ ਗੱਡੀ ਹੈਗੀ। ਇਹਦਾ ਕੋਈ ਕੋਈ ਇੱਕ ਡੈਫੀਨੇਟ ਪੈਟਰਨ ਨਹੀਂ ਹੈਗਾ। ਸਾਰੀ ਹਰ ਤਰੀਕੇ ਦੀ ਗੱਡੀ ਜਿਹੜੀ ਹੈਗੀ ਚੋਰੀ ਕਰਦੇ ਸੀ। ਬਾਕੀ ਚੋਰੀ ਕਿਸ ਆਧਾਰ 'ਤੇ ਕਰਦੇ ਸੀ, ਕੌਣ ਕੌਣ ਇਨਵੋਲਵਮੈਂਟ ਸੀ, ਬੇਸ 'ਤੇ ਕਿਹਨੂੰ ਸੀ, ਉਹ ਸਾਰੀ ਚੀਜ਼ਾਂ ਅਸੀਂ ਜਿਹੜੀ ਇਨਵੈਸਟੀਗੇਸ਼ਨ ਦੇ ਅੰਦਰ ਵਿੱਚ ਲਿਆਵਾਂਗੇ। ਨਹੀਂ ਨਹੀਂ ਇਹ ਤਾਂ ਹੈ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ। ਦਿਸ ਇਜ਼ ਅ ਪ੍ਰੋਪਰ ਗੈਂਗ। ਪਹਿਲਾਂ ਇਹਦੇ 'ਚ ਪਰਚਾ ਦਰਜ ਦੋ।